ਸਸਿਕਾ ਜੀ ਜਦੋਂ ਵੀ ਕਿਸੇ ਕਿਸਾਨ ਨੇ ਕੋਈ ਮਸ਼ੀਨ ਖਰੀਦਣੀ ਹੁੰਦੀ ਹੈ ਤਾਂ ਅੱਜ ਕੱਲ ਅਕਸਰ ਇੱਕ ਨਾਮ ਆਪਦੇ ਮੂੰਹ ਤੇ ਚੜ ਜਾਂਦਾ ਹੈ ਕਿ ਮੈਂ ਜਗਤਜੀਤ ਨੂੰ ਹੀ ਪ੍ਰੈਫਰੈਂਸ ਦੇਵਾਂ ਪਰ ਜੇਕਰ ਆਪਾਂ ਜਗਤਜੀਤ ਦੀ ਗੱਲ ਸੁਣੀਏ ਜਾਂ ਕਿਸੇ ਕਿਸਾਨ ਵੀਰ ਤੋਂ ਰਿਵਿਊ ਲਈਏ ਤਾਂ ਸਭ ਤੋਂ ਚੰਗੀ ਗੱਲ ਉਹੀ ਹੁੰਦੀ ਹੈ ਕਿ ਜੇ ਆਪਾਂ ਨੂੰ ਜਿਹੜਾ ਬੰਦਾ ਉਹਨੂੰ ਵਰਤ ਰਿਹਾ ਹੈ ਉਹਨੂੰ ਕਾਫੀ ਸਮੇਂ ਤੋਂ ਚਲਾ ਰਿਹਾ ਹੈ ਆਪਾਂ ਨੂੰ ਸਹੀ ਰਹਿ ਉਹੀ ਦੇ ਸਕਦਾ ਹੈ ਤਾਂ ਮੇਰੇ ਨਾਲ ਦੋਸਤ ਨੇ ਕਿਸਾਨ ਜਸਵੀਰ ਸਿੰਘ ਜੀ ਜੋ ਕਿ 2009 ਤੋਂ ਜਗਤਜੀਤ ਦਾ ਸਟਾਰ ਰੀਪਰ ਚਲਾ ਰਹੇ ਨੇ ਟੂੜੀ ਵਾਲੀ ਮਸ਼ੀਨ ਚਲਾ ਰਹੇ ਨੇ ਤੇ ਇਹਨਾਂ ਦਾ ਕਿੱਦਾਂ ਦਾ ਤਜਰਬਾ ਰਿਹਾ ਰਸਿਕਾ ਜੀ ਰਸਿਕਾ ਜੀ ਜਗਤਜੀਤ ਦਦਾਰੀ ਪਰ ਅਸੀਂ 2009 ਤੋਂ ਵਰਤ ਰਹੇ ਹਾਂ ਜੀ ਪਹਿਲੇ ਨੰਬਰ ਤੇ ਤਾਂ ਹੀ ਉਹਨਾਂ ਦਾ ਜਿਹੜਾ ਮਟੀਰੀਅਲ ਆ ਸਭ ਅਰੀਜਨਲ ਮਟੀਰੀਅਲ ਆ ਜੀ ਤੇ ਬਾਕੀ ਹੈਵੀ ਆਰੀ ਪਰ ਵਧੀਆ ਬਣਿਆ ਹੋਇਆ ਜੀ ਜਿਹੜੇ ਉਹਦੇ ਮਤਲਬ ਜਿਵੇਂ ਡਬਲ ਬਲੇਟ ਆ ਗਈ ਜੀ ਦੋ ਕਾਬਲਾਂ ਦੇ ਵਿੱਚ ਦੋ ਬਲੇਟ ਕੱਸੇ ਜਾਂਦੇ ਨੇ ਇਹਦਾ ਬਦਲਣਾ ਸੌਖਾ ਤਰੀਕਾ ਜੀ ਨਹੀਂ ਉਹ ਬਾ ਜਿਹੜਾ ਜਿਆਦਾ ਬਲੇਡ ਤੰਗ ਹੁੰਦਾ ਨਹੀਂ ਉਹ ਬਦਲਣ ਦੇ ਵਿੱਚ ਦਿੱਕਤ ਆਉਂਦੀ ਹੈ ਇੱਕ ਤਾਂ ਛੇਤੀ ਬਦਲੇ ਜਾਂਦੇ ਆ ਜੀ ਇੱਕ ਨੰਬਰ 2 ਤੇ ਉਹ ਰਾਤ ਦੇ ਸਮੇਂ ਜੀ ਕਾਫੀ ਰਾਤ ਤੱਕ ਉਹ ਚੱਲੀ ਜਾਂਦਾ ਜੀ ਕੋਈ ਦਿੱਕਤ ਨਹੀਂ ਆਉਂਦੀ ਜਿਵੇਂ ਕਈ ਰੀਪਰਾਂ ਦਾ ਹੁੰਦਾ ਜੀ ਰਾਤ ਨੂੰ 10:00 ਵਜੇ ਤੱਕ ਇਤੋਂ ਜਿਆਦਾ ਉਹ ਬਾਅਦ ਚ ਨਹੀਂ ਖਿੱਚਦਾ ਜੀ ਟਰੈਕਟਰ ਇਹਨੂੰ ਚਾਹੀਦੀ ਸਾਰੀ ਰਾਤ ਚਲਾਈ ਚੱਲੋ ਜੀ ਆਪਾਂ ਨੇ ਆਪ ਤਿਆਰ ਬਾਈ ਜੀ ਮੈਂ ਆਪਾਂ ਨੇ ਚਲਾਇਗਾ ਜੀ ਸਾਰੀ ਰਾਤ ਹੀ ਚੱਲੀ ਜਾਂਦੇ ਨੇ ਬਾਕੀ ਤੇਲ ਦੀ ਬਚਤ ਕਰਦਾਗਾ ਜੀ ਤੇਲ ਦੀ ਆਪਾਂ ਨੇ 15 ਕਮਿੰਟਾਂ ਤੋਂ ਲੈ ਕੇ 20 ਮਿੰਟਾਂ ਦੇ ਵਿੱਚ ਵਿਚਟਰ ਲੈਦਾ ਮੰਨ ਲਓ ਐਵਰੇਜ ਕੱਢੀ ਆ ਜੀ। ਬਾਕੀ ਸਾਰਾ ਕੁਝ ਨਿਰਪਰਵ ਹੁੰਦਾ ਨਹੀਂ ਜੀ ਕੱਲੇ ਰੀਪਰ ਤੇ ਨਹੀਂ ਹੁੰਦਾ। ਟਰੈਕਟਰ ਦਾ ਵੀ ਦੇਖਣਾ ਹੁੰਦਾ ਜੀ ਆਪਾਂ ਨੇ ਉਹਦਾ ਲਾਂਗੇ ਦਾ ਵੀ ਦੇਖਣਾ ਹੁੰਦਾ ਜੀ ਸੁੱਕਾ ਲਾਂਗਾ ਜਾਂ ਮੰਨ ਲਓ ਲੰਬੀ ਉਸਰੀ ਤੇ ਉਹ ਜਲਦੀ ਭਰਦਾ ਦਾ ਜੀ। ਜੇ ਜਿਵੇਂ ਆਪਾਂ ਕਦੇ ਵੀ ਟਰੈਲੀਆਂ ਦੀ ਵੀ ਦਿੱਕਤ ਆ ਜਾਂਦੀ ਜੀ ਕਈ ਵਾਰ ਰੀਪਰ ਨੂੰ ਆਪਾਂ ਦੋਸਤ ਜੀ ਜਨੇ ਕੱਲਾ ਟਰੈਲੀ ਆਪਣੀ ਖੜੀ ਰਹਿੰਦੀ ਆ ਜੀ ਤੇ ਆਪਣਾ ਰੀਪਰ ਖੜਾ ਹੁੰਦਾ ਤੇ ਟ੍ਰੈਲੀ ਮੁੜਕੇ ਨਹੀਂ ਆਉਂਦੀ ਜੀ। ਉਹਦੇ ਵਿੱਚ ਵੀ ਫਰਕ ਪੈ ਜਾਂਦਾ ਹੈਗਾ ਜੀ ਤਾਂ ਮੇਰੇ ਦੋਸਤ ਜਸਵੀਰ ਸਿੰਘ ਨਾਲ ਮੰਨਣਾ ਹੈ ਕਿ ਕਿਸਾਨ ਬੰਨਿਓ ਕਿ ਉਹ ਸਮੱਸਿਆ ਆ ਸਕਦੀ ਹੈ ਜੇਕਰ ਦਿਨ ਚੰਗਾ ਚੜਿਆ ਨਾੜ ਚੰਗਾ ਹੈ ਤਾਂ ਜਗਤਜੀਤ ਮਸ਼ੀਨ ਟੂੜੀ ਵਾਲੀ ਮਸ਼ੀਨ ਕਿਹ ਹੈ ਜੀ ਮਸ਼ੀਨ ਹੈ ਕਿ ਕਿਸਾਨ ਦਿਨ ਰਾਤ ਵੀ ਉਹਦੇ ਨਾਲ 24 ਘੰਟੇ ਕੰਮ ਕਰਕੇ ਵੀ ਕਿਤੋਂ ਦੀ ਕਿਤੇ ਪੈਦਾਵਾਰ ਤੇ ਟੂੜੀ ਦੀਆਂ ਟਰਾਲੀਆਂ ਬਣਾ ਸਕਦਾ ਹੈ ਤੇ ਉਸ ਤੋਂ ਬਾਅਦ ਸਮੱਸਿਆ ਆਉਂਦੀ ਹੈ ਜਿਹੜੀ ਕਿਸਾਨਾਂ ਨੂੰ ਆਉਂਦੀ ਹੈ ਸਰਵਿਸ ਦੀ ਆਉਂਦੀ ਹੈ ਤੇ ਜਦੋਂ ਤੁਸੀਂ ਸੀਜ਼ਨ ਦੇ ਵਿੱਚ ਮਸ਼ੀਨ ਕਿਤੇ ਚਲਾਉਣੇ ਕੋਈ ਚਲਦੀ ਮਸ਼ੀਨਰੀ 'ਚ ਕੋਈ ਰੁਕਾਵਟ ਪੈਂਦੀ ਹੈ ਤਾਂ ਜਗਤਜੀਤ ਦੀ ਸਰਵਿਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਪਹਿਲੀ ਗੱਲ ਤਾਂ ਜ਼ਿਆਦਾਤਰ ਤਾਂ ਉਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਜੀ ਰੀਪਰ ਬਹੁਤ ਵਧੀਆ ਹੈਗਾ ਜੀ ਕੋਈ ਐਸੀ ਨਹੀਂ ਗੱਲ ਜੀ ਕਿ ਵੀ ਉਹ ਮੰਨ ਲਓ ਕੋਈ ਦਿੱਕਤ ਕਿਸੇ ਤਰ੍ਹਾਂ ਦੀ ਨਹੀਂ ਆਉਂਦੀ ਜੇ ਕੋਈ ਦਿੱਕਤ ਆਉਂਦੀ ਵੀ ਆ ਤਾਂ ਵੀ ਉਹਨਾਂ ਦੇ ਐਵਰੇਜ ਜਿਹੜੀ ਸਰਵਿਸ ਹੈੀ ਬਹੁਤ ਜ਼ਿਆਦਾ ਤੇਜ਼ ਸਰਵਿਸ ਹੈ ਜੀ ਜਦੋਂ ਮਰਜ਼ੀ ਉਹਨਾਂ ਨੂੰ ਫੋਨ ਕਰੋ ਜੀ ਉਸੇ ਟਾਈਮ ਹੀ ਬੰਦੇ ਹਾਜ਼ਰ ਨੇ ਜੀ ਇਹਨਾਂ ਦਾ ਕਾਫੀ ਗੱਡੀਆਂ ਵੱਲੋਂ ਸਰਵਿਸ ਵਾਸਤੇ ਘੁੰਮਦੇ ਰਹਿੰਦੇ ਨੇ ਇਹ ਕੋਈ ਸਮਾਨ ਕੋਈ ਬਲ ਕਰਨਾ ਵੀ ਫੜਾਫਟ ਉਹ ਜਿੱਥੇ ਵੀ ਹੁੰਦਾ ਮਿੰਟੋ ਮਿੰਟੀ ਜਾ ਕੇ ਉਹ ਜੀ ਆਪਦਾ ਬਦਲੇ ਆਉਂਨੇ ਜੀ ਬਾਕੀ ਰਹੀ ਗੱਲ ਜੀ ਇਹਨੂੰ ਜਿਵੇਂ ਆਪਾਂ ਮੰਨ ਲਓ ਝੋਨੇ ਦੀ ਪਰਾਲੀ ਤੇ ਵੀ ਆਪਾਂ ਚਲਾਉਂਦੇ ਆ ਜੀ ਮੰਨ ਲਓ ਕਣਕ ਤੇ ਤਾਂ ਹਰੇਕ ਬੰਦੇ ਚਲਾਉਂਦਾ ਹੈਗਾ ਜੀ ਆਪਾਂ ਝੋਨੇ ਦੀ ਪਰਾਲੀ ਤੇ ਵੀ ਇਹਨੂੰ ਚਲਾਉਣਾ ਹੈ ਜੀ ਮੈਂ ਕਾਫੀ ਕਾਫੀ ਟਰੈਲੀਆਂ ਤਾਂ ਬਣਾਈਆਂ ਜੀ ਮੰਨ ਲਓ 300 ਤੋਂ ਉੱਤਰ ਕਈ ਟਰੈਲੀਆਂ ਬਣਾਈਆਂ ਨੇ 350 ਟਰੈਲੀ ਤੱਕ ਵੀ ਆਪਾਂ ਨੇ ਉਹਦੀ ਐਵਰੇਜ ਕੱਢੀ ਆ ਜੀ ਮੈਂ ਮੰਨ ਲਓ ਸੀਜ਼ਨ ਦੇ ਵਿੱਚ ਆਪਾਂ ਬਣਾ ਲਏ ਜੀ ਇੱਕ ਤਾਂ ਜਿਵੇਂ ਅੱਗ ਹੁਣ ਆਪਾਂ ਲਾਉਣੀ ਹੈ ਜੀ ਮੰਨ ਲਓ ਅੱਗ ਦੀ ਨਹੀਂ ਹੁੰਦੀ ਦਿੱਕਤ ਪੈਂਦੀ ਅੱਗ ਦੀ ਲੋੜ ਨਹੀਂ ਹੈਗੀ ਜੀ ਆਪਾਂ ਜਦੋਂ ਉੱਥੋਂ ਬਾਣ ਤੇ ਦੋ ਵਾਰ ਆਪਾਂ ਜਿੰਨੇ ਮਰਜੀ ਤੁੜੀਏ ਮਸ਼ੀਨਾਂ ਉਹਨੂੰ ਬਣਾ ਸਕਦੇ ਹਾਂ ਤਾਂ ਦੋਸਤੋ ਇਸ ਮਸ਼ੀਨ ਨਾਲ ਆਪਾਂ ਡਬਲ ਫਾਇਦਾ ਲੈ ਸਕਦੇ ਹਾਂ ਇੱਕ ਤਾਂ ਕਣਕ ਦੇ ਸੀਜ਼ਨ ਵੇਲੇ ਵੀ ਇੱਕ ਝੋਨੇ ਦੇ ਸੀਜ਼ਨ ਵੇਲੇ ਵੀ ਤਾਂ ਕਿ ਜਿਹੜਾ ਆਪਣਾ ਪਰਹਾੜੀ ਨੂੰ ਅੱਗ ਲਾਉਣ ਦਾ ਮਸਲਾ ਹੁੰਦਾ ਉਹ ਵੀ ਇਹਦੇ ਨਾਲ ਕਿਤੋਂ ਹੱਦ ਤੱਕ ਆਪਾਂ ਇਹਨੂੰ ਸੋਲਵ ਕਰ ਸਕਦੇ ਹਾਂ ਤਾਂ ਕਿਸਾਨ ਜਸਵੀਰ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਸਾਨੂੰ ਰਿਵਿਊ ਦੇਣ ਲਈ ਅਸੀਂ ਇਹ ਜਾਣਕਾਰੀ ਤੁਹਾਡੇ ਤੋਂ ਤਾਂ ਲਈਏ ਤਾਂ ਕਿ ਜਿਹੜੇ ਵੀ ਕਿਸਾਨ ਵੀਰ ਮਸ਼ੀਨ ਲੈਣ ਦੀ ਉਲਝਣ ਵਿੱਚ ਨੇ ਸੋਚਾਂ ਵਿੱਚ ਪਏ ਹੋਏ ਨੇ ਤਾਂ ਉਹ ਬੇਫਿਕਰ ਹੋ ਕੇ ਜਗਤਜੀਤ ਸਟਾਰੀਪਰ ਖਰੀਦ ਸਕਦੇ ਨੇ ਤੇ ਆਪਣੇ ਜੋ ਖੇਤਾਂ ਦੇ ਵਿੱਚ ਉਹ ਛੁੜੀ ਸਮੱਸਿਆ ਉਸ ਨੂੰ ਦੂਰ ਕਰ ਸਕਦੇ ਨੇ ਧੰਨਵਾਦ ਜੀ